ਮਕਦਸ ਲੁਕਾਰ ਸੋਲ ਅੰਜੀਲ ਨਵੀਸਦੀ ਈਦ ਮਨਾਣਿਆਂ ਤੇ ਆਓ ਅਸੀਂ ਫਾਦਰ ਅਕਮਲ ਪਤਰਸ ਦੀ ਜ਼ੁਬਾਨੀ ਮਕਦਸ ਲੁਕਾਰ ਸੋਲ ਦੀ ਜ਼ਿੰਦਗੀ ਦੇ ਬਾਰੇ ਚ ਸੁਣੀਏ ਜਾਣੀਏ ਸਮਝੀਏ ਤਾਂ ਕਿ ਅਸੀਂ ਵੀ ਮਕਦਸ ਲੁਕਾਰ ਸੋਲ ਦੀ ਤਰ੍ਹਾਂ ਆਪਣੀ ਜ਼ਿੰਦਗੀ ਚ ਉਹ ਖੂਬੀਆਂ ਅਪਣਾਈਏ ਜੋ ਉਹਨੇ ਅਪਨਾਈਆਂ कि انجیل ਦੀ ਬਿਸ਼ਾਰਤ ਨੂੰ ਆਮ ਕੀਤਾ ਤਾਂ ਕਿ ਅਸੀਂ ਵੀ ਮੁਕੱਦਸ ਲੋਕਾਂ ਦੇ ਰਸੂਲ ਦੀ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਖੁਦਮ ਯਿਸੂ مسیਦੀ انجیل ਦਾ ਪ੍ਰਚਾਰ ਕਰਨਾਸਤੇ ਇਸਤੇਮਾਲ ਕਰਨ ਦੇ ਕਾਬਲ ਹੋ ਸਕੀਏ ਤੁਹਾਨੂੰ ਸਾਰਿਆਂ ਨੂੰ ਮੇਰੀ ਤਰਫੋਂ ਸੁਬਾਹ ਬਖੈਰ ਅੱਜ ਪਾਕਮਾ ਕੈਥਲਿਕ ਕੈਰੀਸੀਆ ਪੂਰੀ ਦੁਨੀਆ ਦੇ ਵਿੱਚ ਬੜੇ ਈਮਾਨ ਜਜ਼ਬੇ ਤੇ ਸ਼ੌਕ ਦੇ ਨਾਲ ਅੰਜੀਲ ਨਵੀਸ ਮੁਕੱਦਸ ਲੂਕਾ ਦੀ ਈਦ ਮਨਾ ਰਹੇ ਨੇ ਜਦੋਂ ਸੀ ਮੁਕੱਦਸ ਲੂਕਾ ਦੀ ਹਾਲਾਤ ਜ਼ਿੰਦਗੀ ਤੇ ਗੌਰ ਕਰਨੇ ਆ ਲੂਕਾ ਇੱਕ ਡਾਕਟਰ ਸੀ ਆਪਣੇ ਜ਼ਮਾਨੇ ਦੇ ਵਿੱਚ ਇੱਕ ਮਸ਼ਹੂਰ ਤਰੀਨ ਡਾਕਟਰ ਸੀ ਤਬੀਬ ਸੀ ਹਕੀਮ ਸੀ ਇਦੇ ਨਾਲ ਨਾਲ ਲੂਕਾ ਪਲੂਸ ਰਸੂਲ ਦਾ شاਗਿਰਦ ਸੀ ਪਲੂਸ ਰਸੂਲ ਦਾ ਸ਼ਗਿਰਦ ਹੋਣ ਦੀ ਵਜ੍ਹਾ ਤੋਂ ਡਾਕਟਰ ਤੇ ਮੁਸਵਰ ਹੋਣ ਦੀ ਵਜ੍ਹਾ ਤੋਂ ਬਹੁਤ ਮਸ਼ਹੂਰ ਸੀ ਡਾਕਟਰ ਲੂਕਾ ਨੂੰ ਮੁਸਵਰਾਂ ਦਾ ਬਾਨੀ ਵੀ تسلیم ਕੀਤਾ ਜਾਂਦਾ ਹੈ ਅਗਰ ਅਸੀਂ ਤਾਰੀਖੀ ਲਿਆਜ਼ ਦੇ ਨਾਲ ਵੇਖੀਏ ਜਾਂ ਤਾਰੀਖ ਦੇ ਵਿੱਚ ਇੱਕ ਇਹ ਵੀ ਖਿਆਲ ਪਾਇਆ ਜਾਂਦਾ ਹੈ ਕਿ ਲੂਕਾ ਨੇ ਕਦੀ ਯਿਸੂ ਨੂੰ ਨਹੀਂ ਸੀ ਵੇਖਿਆ ਯਿਸੂ ਦੇ ਨਾਲ ਉਹਦੀ ਕਦੀ ਮੁਲਾਕਾਤ ਨਹੀਂ ਸੀ ਹੋਈ ਪਰ ਫਿਰ ਵੀ ਉਹਨੇ ਅੰਜੀਲ ਮੁਕੱਦਸ ਲਿਖੀ ਹਜ਼ਰਤ ਲੂਕਾ حضرت لوکا نے ਜਿਹੜੀ انجیل ਲਿਖੀ ਉਹਦੇ ਵਿੱਚ 24 ਬਾਪ ਨੇ ਇਹਨਾਂ 24 ਬਾਪ ਦੇ ਵਿੱਚ तकरीबन 18 تمثیلنا بیان ਕੀਤੀਆਂ ਗਈਆਂ ਨੇ ਇਨ੍ਹਾਂ تمثیلਾਂ ਦੇ ਵਿੱਚ ਜ਼ਿਆਦਾਤਰ ਉਹ ਗੱਲਾਂ ਨੇ ਉਹ تمثیلਾਂ ਨੇ ਜਿਹੜੀਆਂ غیر قومਾਂ ਦੇ ਨਾਲ یسوع مسیح ਦੀ تعلیم ਦੇ ਬਾਰੇ ਚ ਨੇ ਉਹ ਮੌਜਜ਼ਾਤ ਨੇ ਜਿਹੜੇ ਖੁਦਾਵੰਦ ਯਿਸੂ ਮਸੀਹ ਨੇ ਗੈਰ ਕਮਾਂ ਯਾਨੀ ਗੈਰ ਯਹੂਦੀਆਂ ਦੇ ਵਿੱਚ ਜਿਹੜੇ ਮੌਜੂਜ਼ੇ ਕੀਤੇ ਇਸ ਕਰਕੇ ਹਜ਼ਰਤ ਲੂਕਾ ਦੀ ਅੰਜੀਲ ਨੂੰ ਜਦੋਂ ਅਸੀਂ ਬਾਗੋਰ ਪੜ੍ਹਨੇ ਆਂ ਤੇ ਇਹਦੇ ਵਿੱਚ ਲੂਕਾ ਰਸੂਲ ਨੇ ਇਹ ਗੱਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਖੁਦਾਵੰਦ ਯਿਸੂ ਮਸੀਹ ਸਨ ਉਹ ਸਭ ਦੇ ਲਈ ਆਏ ਸਨ ਨਾ ਸਿਰਫ ਯਹੂਦੀਆਂ ਦੇ ਲਈ ਬਲਕਿ ਗੈਰ ਯਹੂਦੀਆਂ ਦੇ ਲਈ ਵੀ ਤੇ حضرت لوਕਾ ਨੇ ਆਪਣੀ انجیل ਦੇ ਵਿੱਚ ਇਸ ਗੱਲ ਨੂੰ ਬੜੇ ਵਾਸੇ ਤੌਰ ਤੇ ਬਿਆਨ ਕੀਤਾ ਹੈ حضرت لوਕਾ ਦੇ ਬਾਰੇ ਚ ਯਾਦੀ انجیل ਨੂੰ ਅਸੀਂ ਜਦੋਂ ਪੜਨੇ ਆ ਅਸੀਂ ਇਹ ਦੇਖਨੇ ਆ ਕਿ ਇੱਕ ਗੈਰ ਯਹੂਦੀ ਇਨਸਾਨ ਹੋ ਕੇ ਉਹਨੇ ਖੁਦਾਵੰਦ ਯੂਸੂ ਮਸੀਹ ਦੇ ਨਾਲ ਕਿੰਨੀ ਮੁਹੱਬਤ ਰੱਖੀ ਉਹਨੇ ਖੁਦਾਵੰਦ ਯੂਸੂ ਮਸੀਹ ਦੇ ਬਾਰੇ ਚ ਬਹੁਤ ਕੁਝ ਤਹਿਰੀਰ ਕੀਤਾ اور ਆਪਣੀ ਤਹਿਰੀਰ ਦੇ ذریعے ਖੁਦਾਵੰਦ ਯੂਸੂ ਮਸੀਹ ਦੀ ਮਨਾਦੀ ਕੀਤੀ ਅੱਜ ਪੂਰੀ ਦੁਨੀਆ 'ਚ ਲੋਕ ਮੁਕੱਦਸ ਲੂਕਾ ਦੇ ਨਾਂ ਤੇ ਡਾਕਟਰ ਲੂਕਾ ਨੂੰ ਜਾਣਦੇ ਨੇ ਮੇਰੇ ਸਿਸੋ ਇਹ ਉਦੋਂ ਹੀ ਸਭ ਕੁਝ mumkin ਹੋਇਆ ਜਿੱਦੋਂ ਡਾਕਟਰ ਲੂਕਾ ਨੇ ਪਾਲੂਸ ਰਸੂਲ ਦੇ شاਗਿਰਦ ਹੋਣ ਦੇ ਨਾਲ 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 ਯਿਸੂ ਨੂੰ ਵੀ અપਨਾ ਲਿਆ ਯਿਸੂ ਨੂੰ ਆਪਣਾ ਕੇ ਯਿਸੂ ਦੀ ਮੌਜਜ਼ਾਤ ਯਿਸੂ ਦੀ ਤਾਲੀਮਾਂ ਯਿਸੂ ਦੇ ਕੰਮ ਆਪਣੀ ਅੰਜੀਲ ਦੇ ਵਿੱਚ ਤਹਿਰੀਰ ਕਰਕੇ ਦੂਸਰਿਆਂ ਤੱਕ ਪਹੁੰਚਾ ਦਿੱਤੇ ਤੇ ਇਹਦੇ ਨਾਲ ਡਾਕਟਰ ਲੂਕਾ ਨੇ ਖੁਦ ਵੀ ਯਿਸੂ ਮਸੀਹ ਨੂੰ ਆਪਣਾ ਨਜਾਦ ਦੇ ਹਿੰਦਾ تسلیم ਕਰ ਲਿਆ ਡਾਕਟਰ ਲੂਕਾ ਨੇ ਨਾ ਸਿਰਫ अंजील लिखी बल्कि रसूलों के अमाल दे दी दे दे दी की किताब एवं डॉक्टर लोका की तहरीर है जिदे खुदाउद यूसु मसीह के बाद खुदाम यूसु मसीह के रसूलों के काम की बड़ी वाजे तौर पर तफसील बयान की गई है इस करके अजो अज़रत ईद मनाने तो साढ़े लिए शख्स लुका डॉक्टर लुका जोड़ा बहुत मशहूर भी सी अमीर भी सी पर गैर यहूदी सी लेकिन उसने यसु मसीह ने अपना लिया यसु मसीहू अपना के यसु मसीह ही हो गया अज्द सू भी दावा देती है कि असी भी यसु दिल तो ही अपना लीए असी यसु दिल तो अपना के ਆਪਣੇ ਕੰਮਾਂ ਆਪਣੀਆਂ ਗੱਲਾਂ ਦੇ ਨਾਲ ਯਿਸੂ ਦੀ ਅੰਜੀਲ ਦੂਸਰਿਆਂ ਤੱਕ ਪਹੁੰਚਾਈਏ ਉਹ ਅੰਜੀਲ ਜਿਹੜੀ ਹਜ਼ਰਤ ਲੂਕਾ ਨੇ ਲਿਖੀ ਵੰਜੀਲ ਜਿਹੜੀ ਬਾਕੀ ਅੰਜੀਲ ਨਵੀਸਾ ਨੇ ਲਿਖੀ ਸਾਨੂੰ ਦਾਅਵਾ ਦਿੱਤੀ ਜਾਂਦੀ ਹੈ ਕਿ ਅਸੀਂ ਵੀ ਹਜ਼ਰਤ ਲੂਕਾ ਦੀ ਤਰ੍ਹਾਂ ਇਸ ਅੰਜੀਲ ਦੇ ਗਵਾਹ ਬਣੀਏ ਇਸ ਅੰਜੀਲ ਨੂੰ ਫੈਲਾਉਣ ਵਾਲੇ ਬਣੀਏ ਤਾਂ ਜੋ ਸਾਡੀ ਜ਼ਿੰਦਗੀ ਦੇ ਵਿੱਚ ਵੀ ਯਿਸੂ ਦੇ ਨਾਮ ਨੂੰ ਇੱਜ਼ਤ ਤੇ ਜਲਾਲ ਪਹੁੰਚੇ ਤੁਹਾਨੂੰ ਸਾਰਿਆਂ ਨੂੰ ਲੂਕਾ ਅੰਜੀਲ ਨਵੀਸ ਦੀ Eid ਬਹੁਤ ਬਹੁਤ ਮੁਬਾਰਕ ਹੋਵੇ